ਪੂਰੇ ਜੱਗ ਵਿੱਚ ਵਸਦੇ ਹੋਏ ਪੰਜਾਬੀ ਪਿਆਰਿਓ ਇਸਾਨ ਬਾਜਵਾ ਦਾ ਸਲਾਮ ਕਬੂਲ ਕਰੋ ਅੱਜ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਲੇਰ ਜੱਟ ਕਬੀਲਾ ਦੇ ਬਾਰੇ ਵਿੱਚ ਕਲੇਰ ਜੱਟ ਕਬੀਲਾ ਜਿਹੜਾ ਕਬਲ ਮਸੀਤੋਂ ਜੱਟਾਂ ਦਾ ਜੱਗ ਜਾਣਿਆ ਕਬੀਲਾ ਹੈ ਕਲੇਰ ਮੁੱਢਲੇ ਪੱਖੋਂ ਕਾਲੋਂ ਦਾ ਪੁੱਤਰ ਸੀ ਤੇ ਜਗਦੇਵ ਦਾ ਪੋਤਰਾ ਸੀ ਇਹ ਗੱਲ ਯਾਤੇ ਰੱਖਣ ਵਾਲੀ ਹੈ ਭਈ ਕਲਿਆਰ ਜੱਟ ਕਬੀਲਾ ਜਿਹੜਾ ਉਹ ਕਲੇਰ ਤੋਂ ਉੱਕਾ ਵੱਖਰਾ ਹੈ ਯਾਨੀ ਉਹ ਇੱਕ ਵੱਖਰਾ ਕਬੀਲਾ ਹੈ ਕਲੇਰ ਸੂਰਜਵੰਸੀ ਜੱਟਾਂ ਦੀ ਸ਼ਾਖ ਵਿੱਚੋਂ ਹੈ ਜਦੋਂ ਕਿ ਕਲਿਆਰ ਜਿਹੜਾ ਹੈ ਚੰਦਰਵੰਸੀ ਜੱਟਾਂ ਦੀ ਸ਼ਾਖ ਵਿੱਚੋਂ ਹੈ ਤੇ ਜੱਟਾਂ ਦੇ ਭੱਟੀ ਕਬੀਲੇ ਵਿੱਚ ਉਹਦਾ ਤਾਂ ਲੱਗ ਗਿਆ ਯਾਨੀ ਕਲਿਆਰ ਜੱਟ ਉਹਨੇ ਅਸੀਂ ਵੇਖਦੇ ਆਂ ਵੀ ਵੱਖ-ਵੱਖ ਤਾਰੀਖੀ ਤਜ਼ਕਿਰਿਆਂ ਵਿੱਚ ਕਲੇਰ ਜੱਟ ਕਬੀਲੇ ਦਾ ਜ਼ਿਕਰ ਕਿੱਥੇ-ਕਿੱਥੇ ਤੇ ਕਿਸਰਾਂ-ਕਿਸਰਾਂ ਮਿਲਦਾ ਹੈ ਗਲਾਸਰੀ ਆਫ ਟ੍ਰਾਈਬਸ ਐਂਡ ਕਾਸਟਸ ਵਿੱਚ ਈਡੀ ਮੈਕਲੇਗਨ ਅਤੇ ਐਚੀ ਰੂਜ਼ ਨੇ ਕਲੇਰ ਜੱਟ ਕਬੀਲਾ ਦਾ ਹਵਾਲੇ ਬਿਆਨ ਕੀਤਾ ਹੈ ਕਿ ਜੇਨ ਵਿੱਚ ਇੱਕ ਜੱਟ ਕਬੀਲਾ ਗਿੱਤੇ ਮਾਮੂਬਦੀ ਨਾਂ ਦੇ ਥਾਂ ਤੇ ਸਿੱਧ ਦੀਦਾਰ ਸਿੰਘ ਦੀ ਸਮਾਦੇ ਮੰਗਦੀ ਪਹਿਲੀ ਬੁੱਧ ਨੂੰ ਇੱਥੇ ਇੱਕ ਮੇਲਾ ਲੱਗਦਾ ਹੈ ਇਹ ਸਿਆਲਕੋਟ ਵਿੱਚ ਵੀ ਮਿਲਦੇ ਨੇ ਜਿੱਥੇ ਉਹ ਚੀਮੀਆਂ ਵਾਂਗਰ ਚੋਹਾਨ ਦੇ ਸੋਮਿਓ ਰਾਜਾ ਕੰਗ ਦੀ ਨਸਲੋਂ ਹੋਣ ਦੇ ਦਾਵੇਦਾਰ ਨੇ ਮਿਆੜਾ ਦੇ ਕਲੇਰ ਜਿਹੜੇ ਜੱਟ ਨੇ ਵਿਆਹ ਸ਼ਾਦੀਆਂ ਵੇਲੇ ਆਪਣੇ ਜਠੇਰੇ ਨੂੰ ਚੜਾਵੇ ਚੜ੍ਹਦੇ ਨੇ ਤੇ ਹਜ਼ਰਤ ਸਖੀ ਸਰਵਰ ਨੂੰ ਵੀ ਮੰਨਦੇ ਨੇ ਇਹ ਲੋਕ ਮੱਝਗਾਂ ਦੀ ਬੋਲੀ ਜਿਹੜੀ ਹੈ ਉਹ ਇੱਕ ਕੁਆਰੀ ਕੁੜੀ ਇੱਥੋਂ ਲੈ ਕੇ ਦੇ ਹੋਰ ਕੁੜੀਆਂ ਦੇ ਵਿੱਚ ਮੰਡਾਉਂਦੇ ਨੇ ਤੇ ਕਲੇਰ ਜੱਟ ਮਿੰਟਕੁਮਰੀ ਸਾਹਿਵਾਲ ਤੇ ਅੰਮ੍ਰਿਤਸਰ ਵਿੱਚ ਵੀ ਵਾਵਾ ਵਾਈਵਾਨ ਨੇ ਤੇ ਇਹ ਚੰਗੇ ਵਸਦੇ ਰਸਤੇ ਨੇ ਮਿੰਟਕੁਮਰੀ ਵਿੱਚ ਲੋਕ ਜ਼ਿਆਦਾਤਰ ਮੁਸਲਮਾਨ ਨੇ ਅੰਮ੍ਰਿਤਸਰ ਵਿੱਚ ਅਰਾਈਆਂ ਦੀ ਇੱਕ ਸ਼ਾਖ ਜਿਹੜੀ ਹੈ ਉਹ ਵੀ ਕਲੇਰ ਸਦਾਨੀ ਹੈ origion and history of jars ਵਿੱਚ ਵੀ ਐ ਬੀਐਸ ਜੰਗਰ ਉਹ ਕਲੇਰ ਜੱਟਾਂ ਦੇ ਪਿੰਡਾਂ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਕਲੇਰ ਜੱਟ ਪਿੰਡ ਕਲੇਰਾ ਨੂਰਪੁਰ ਵਿੱਚ ਵਸਦੇ ਨੇ ਅਤੇ ਨਵਾਂ ਸ਼ਹਿਰ ਦੇ ਪਿੰਡ ਸਰਹਾਲ ਕਾਜ਼ੀਆਂ ਵਿੱਚ ਵੀ ਕਲੇਰ ਜੱਟਾਂ ਦੀ ਆਬਾਦੀ ਦੇ ਤਿੰਨ ਹਿੱਸੇ ਵੇ ਇਹਦੇ ਨਾਲ ਨਾਲ ਫਲੌਰ ਅੰਦਰ ਮਿਥਰਾ ਵਿੱਚ ਅਤੇ ਫਲੌਰ ਵਿੱਚ ਖਾਨਪੁਰ ਅਤੇ ਜਲੰਧਰ ਵਿੱਚ ਵੀ ਇਹ ਗਲੇਰ ਜਿਹੜੇ ਨੇ ਵਸਦੇ ਨੇ ਇਸ ਤੋਂ ਅੱਡ ਕਲੇਰ ਜੱਟ ਕਬੀਲਾ ਵਜ਼ੀਰਾਬਾਦ ਤਹਿਸੀਲ ਤੋਂ ਅਤੇ ਨੇੜੇ ਨੌ ਨਾਵੇਂ ਪਿੰਡ ਤਰੌਂਕਲ ਵਿੱਚ ਜੋਂਦਾ ਜੱਟਾਂ ਦੇ ਨਾਲ ਅਦੋ-ਅਦੀ ਨੇ ਤੇ ਉਸ ਜੋ ਅੰਦਰ ਹੋਰ ਪਿੰਡਾਂ ਵਿੱਚ ਵੀ ਇਹ ਵਸਦੇ ਨੇ ਜਾਟ.com ਵਿੱਚ ਕਲੀਰ ਜੱਟਾਂ ਬਾਰੇ ਦੱਸਿਆ ਗਿਆ ਪਈ ਇਹ ਕਲੀਰ ਕਲੇਰਾ ਕਲੀਰ ਗੋਤ ਦੇ ਜੱਟ ਰਾਜਸਥਾਨ ਉੱਤਰ ਪ੍ਰਦੇਸ਼ ਹਰਿਆਣਾ ਪੰਜਾਬ ਤੇ ਪਾਕਿਸਤਾਨ ਵਿੱਚ ਰਹਿੰਦੇ ਨੇ ਕਲੇਰੀ ਨਾਂ ਦੀ ਗੋਤ ਅਫਗਾਨਿਸਤਾਨ ਦੇ ਜੱਟਾਂ ਵਿੱਚ ਵੀ ਹੈ ਅਮਰੀਕਾ ਤੇ ਹੋਰ ਲੈਂਦੇ ਦੇਸ਼ਾਂ ਅੰਦਰ ਵੀ ਪੁਰਾਣੇ ਵੇਲਿਆਂ ਤੋਂ ਕਲੇਰ ਜੱਟ ਵਸੇ ਹੋਏ ਨੇ ਦਸਕੇ ਦੀ ਜੂਏ ਪਿੰਡ ਨਥੂ ਕਲੇਰ ਵੈਸਿਕ ਬੀਲੇ ਦੇ ਨਾਂ ਤੇ ਵੱਜਦਾ ਹੈ ਕਲੇਰ ਦੇ ਪੁੱਤਰਾਂ ਦੀ نسل ਹਾਲੀਆ ਸਿੰਧ ਬੀਕਾਨੇਰ ਜੋਧਪੁਰ ਈਰਾਨ ਜਬਲਸਤਾਨ ਤੇ ਕਰਮਾਨ ਵਿੱਚ ਢੇਰ ਗੰਤੀ ਵਿੱਚ ਹੈ ਗਿਣਤੀ ਵਿੱਚ ਵਸਦੀ ਏ ਇਸ ਤੁਹਾਡੇ ਲੋਕ ਮੀਰਪੁਰ ਖਾਸ ਹైదరాబాద్ ਯਜ਼ਮਾਨ ਬਹਾਵਲਪੁਰ ਡਿਵੀਜ਼ਨ ਤੇ ਸਿਬੀ ਡਿਵੀਜ਼ਨ ਵਿੱਚ ਵੀ ਵਸਦੇ ਨੇ ਇਦੇ ਨਾਲ ਨਾਲ ਕਲੇਰ ਜਾਂ ਡੇਰਾ ਬੁక్తి بلوچستان ਸਿੰਧ ਜੈਕਾਬਾਦ ਵਿੱਚ ਵੀ ਵਸਦੇ ਨੇ ਕਲੇਰ ਦੇ ਪੁੱਤਰ ਕਲੇਰੀ ਦੀ ਔਲਾਦ ਮੀਰਪੁਰ ਮਥੇਲਾ ਤੋਂ ਕਰਾਚੀ ਤਿੱਕਰ ਵਸੀ ਹੋਈ ਏ ਤੇ ਇਹਨਾਂ ਵਿੱਚੋਂ ਚੋਖੇ ਅੱਜ ਅੱਜਕੱਲ ਹੁਣ ਬਲੋਚ ਵੀ ਬੜੇ ਫਿਰਦੇ ਨੇ ਹੁਣ ਅਸੀਂ ਕਲੇਰ ਜੱਟ ਕਬੀਲੇ ਦਾ ਉਹ ਕੁਰਸੀ ਨਾਮਾ ਤੁਹਾਡੇ ਨਾਲ ਸਾਂਝਾ ਕਰਨੇ ਆ ਜੋ ਮੀਰਪੁਰ ਮਥੇਲਾ ਤੋਂ ਆਰਿਆ ਡਾਕਟਰ ਲਾਲ ਬਖਸ਼ ਨਾਇਕ ਮੱਲੀ ਜੱਟ ਨੇ ਸਾਡੇ ਨਾਲ ਸਾਂਝਾ ਕੀਤਾ ਉਸ ਕੁਰਸੀ ਨਾਮੇ ਮੁਤਾਬਕ حضرت ਆਦਮ علیہ السلام ਹੋਰਾਂ ਤੋਂ ਚੋਖਾ ਗਿਰੇ ਵੰਝ ਕੇ ਨਾ ਹੁੰਦਾ حضرت ਨੂਹ علیہ السلام ਹੋਰਾਂ ਦਾ ਜਿਨ੍ਹਾਂ ਨੂੰ ਹਿੰਦੀ ਵਿੱਚ ਮੰਨੂ ਯਾਨੀ ਦੂਸਰਾ ਮੰਨੂ ਆਖਿਆ ਗਿਆ ਅੱਗੋਂ حضرت ਨੂਹ علیہ السلام ਹੋਰਾਂ ਦੇ ਪੁੱਤਰ ਹੋਏ ਸਾਮ ਹਾਮ ਯਾਫਸ ਕਨਾਨ ਯਰਨ ਹਰ ਹਰ ਤੇ ਅਜਮ ਇਹਨਾਂ ਵਿੱਚੋਂ ਕਨਾਨ ਤੋਂ ਲੈ ਕੇ ਅਜਮ ਤੱਕ ਜਿਹੜੇ ਚਾਰੇ ਭਰਾ ਸਣੇ ਆਪਣੀ ਮਾਂ ਵਾਇਲਾ ਵਿੱਚੋਂ ਹੋਏ ਸਨ ਔਰ ਇਹ ਸਾਰੇ ਜਿਹੜੇ ਆਪਣੀ ਮਾਂ ਸਣੀ ਚਾਰੇ ਭਰਾ ਜਿਹੜੇ حضرت ਨੂਹ علیہ السلام ਹੋਰਾਂ ਦੇ ਗੁਸਤਾਖ ਹੋਣ ਪਰੋ ਇਹ ਤੂਫਾਨੇ ਨੂਹ ਦੇ ਵਿੱਚ ਡੁੱਬ ਮਰੇ ਤੇ ਬਾਕੀ ਤਿੰਨ ਭਰਾ ਉਹਨਾਂ ਦੇ ਰਹਿ ਗਏ ਅੱਗੋਂ حضرت ਨੂਹ ਹੋਰਾਂ ਦੇ ਪੁੱਤਰ ਸਾਮ ਦੀ نسل ਜਿਹੜੀ ਸਾਮੀ ਚਦਾਈ ਤੇ ਓਸ਼ੀਆ ਚ ਵੱਸ ਗਈ ਹਾਮ ਦੀ نسل ਜਿਹੜੀ ਆਫਰੀਕਾ 'ਚ ਜਾ ਵੱਸੀ ਤੇ ਯਾਫਸ ਜਿਹੜੇ ਸਨ ਉਹਨਾਂ ਦੀ نسل ਜਿਹੜੀ ਹੈ ਤੁਰਕੀ ਚੀਨ ਤੇ ਯੂਰਪ ਵਿੱਚ ਵੱਸ ਗਈ ਅੱਗੋਂ حضرت ਨੂਹ علیہ السلام ਹੋਰਾਂ ਦੇ ਪੁੱਤਰ ਸਾਮ ਦੇ ਪੁੱਤਰ ਹੋਇਆ ਫੁਖਾ ਸਿੰਧ ਇਹ ਈਸ਼ਵਰ ਦਾ ਨਾਮ ਹੈ ਸਿੰਧੀ ਵੀ ਸੀ ਤੇ ਈਸ਼ਵਰ ਦਾ ਨਾਮ ਹਿੰਦੀ ਸੀ ਆਰਾਮ ਤੇ ਅਸਵਰ ਤੇ ਲੂਦ ਬਲਕਾਨ ਸਮਾਨ ਕਨਾਨ ਲਾਵਰ ਤੇ ਅਗੋ ਸਾਬ ਦੇ ਪੁੱਤਰ ਅਰਫਖਾ ਸਿੰਧਵਾਲ ਪੁੱਤਰ ਹੋਏ ਸਖਰ ਪਖਰ ਠੱਟਾ ਹੋਲ ਹਰਮੇਸ਼ ਅਮਰ ਡਾਗਰ ਡਾਗਰ ਜਿਹੜਾ ਹੈ ਗੈਰ ਆਰੀਆ ਦਸਲਸਨ ਗੈਰ ਆਰੀਆ ਤੋਂ ਬਰਾਦ ਉਹ ਲੋਕ ਜਿਹੜੇ ਖੁਦਾ ਨੂੰ ਸ਼ਰਮੰਦੇ ਔਰ ਆਰੀਆ ਦਾ ਮਤਲਬ ਹੁੰਦਾ ਹੈ ਖੁਦਾ ਦੇ ਸਾਏ ਹੇਠ ਰਹਿਣ ਵਾਲਾ ਔਰ ਜੱਟਾਂ ਦਾ ਇਹ ਜਿਹੜਾ ਖਿਤਾਬ ਸੀ ਫੌਜੀ ਲਕਬ ਸੀ ਇਹਨਾਂ ਨੂੰ ਆਰੀਆ ਮਿਲਿਆ ਹੋਇਆ ਅਗਲਾ ਪੁੱਤਰ ਹੋਇਆ ਜਲੂਦਰ ਤੇ ਅਗਲਾ ਹੋਇਆ ਜਾਸ਼ਰ ਦਾ ਨਾਮ ਲਾਉਦਰ ਵੀ ਸੀ ਸਮੂਦ ਦੀ ਕੋਮ ਇਹਦੇ ਚੋਂ ਨਿਕਲੀ ਅਗਲਾ ਪੁੱਤਰ ਗੁਜਰਾਤ ਤੋਂ ਆਇਆ ਤੇ ਅਗਲਾ ਹੋਇਆ ਗਾਰਾ ਤੇ ਅਗਲਾ ਟੈਕਸਲਾ ਅਗਲੇ ਪੁੱਤਰ ਦਾ ਨਾਮ ਹੰਡ ਸੀ ਤੇ ਅਗਲਾ ਅਸਾਮ ਤੇ ਅਗਲਾ ਤਾਮਲੀ ਇਹ ਅਗਲਾ ਪੁੱਤਰ ਹੋਇਆ ਮੂਲਾ ਜਿਹਦੇ ਦਾ ਨਾਂ ਤੋਂ ਮਲਤਾਨ ਤੇ ਕਸ਼ੇਪੂਰਾ ਜਿਹੜਾ ਪਿਆ ਉਹਦਾ ਅਗਲਾ ਪੁੱਤਰ ਮੀਦੂਰਾਮ ਤੇ ਅਗਲਾ ਪੁੱਤਰ ਮਕਰਾਂ ਤੇ ਉਹਦਾ ਅਗਲਾ ਕਰਮਾਨ ਤੇ ਅਗਲਾ ਪੁੱਤਰ ਸੀ ਹੰਦਵਾਦਰ ਤੇ ਉਹਦੇ ਅਗਲੇ ਪੁੱਤਰ ਦਾ ਨਾਂ ਸੀ ਵੀਰ ਦਾ ਉਹਦੇ ਦਾ ਕੀ ਕਾਂ ਜਿਹਦੇ ਦਾ ਨਾਂ ਤੋਂ ਕਲਾਦ ਪਿਆ ਤੇ ਅਗਲਾ ਖੁਜ਼ਦਾਰ ਸੀ ਤੇ ਅਗਲਾ ਸੀ 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 ਜਿਹਦੇ ਦਾ ਨਾਂ ਤੋਂ ਸੀਸਤਾਨ ਦਾ ਇਲਾਕਾ ਬਣ ਗਿਆ ਅਗੋ ਮੂਲਾ ਦੇ ਪੁੱਤਰ ਹੋਏ ਸਰਵਾਈ ਤੇ ਇਰਮ ਤੇ ਅਗੋ ਇਰਮ ਦਾ ਪੁੱਤਰ ਹੋਇਆ ਊਜ਼ ਤੇ ਊਜ਼ ਦਾ ਫੇਰ ਇਰਮ ਹੋਇਆ ਤੇ ਆ ਇਰਮ ਦਾ ਪੁੱਤਰ ਹੋਇਆ ਆਦ ਜਿਹੜੀ ਮੋਹਨ ਜੋ ਦੜਾ ਮੋਹਨ ਜੋ ਦੜੋ ਜਿਹੜਾ ਉਹਦੀ ਜਿਹੜੀ ਕੌਮ ਸੀ ਉਹਦਾ ਨਾਮ ਆਦ ਸੀ ਅਗੋ ਫਿਰ ਆਦ ਦੇ ਪੁੱਤਰ ਹੋਏ ਜੀ ਜਲੂਦ ਦੇ ਸਹਰੀਬ ਸਹਰੀਬ ਤੋਂ ਨਮਰੂਦ ਦੀ نسل ਚੱਲੀ ਜਿਹੜਾ ਨਮਰੂਦ ਬਾਦਸ਼ਾਹ ਸੀ ਪੱਤਨ ਹੋਇਆ ਜੀ ਜਿਹਦੇ ਨਾਮ ਤੋਂ ਪੱਤਨ ਬਣਾਰਾ ਰਹਿਮਯਾਰ ਖਾਨ ਦੇ ਵਿੱਚ ਬੜਾ ਤਾਰੀਖੀ ਮਕਾਮ ਹੈ ਕਾਰੂ ਹੂਦਕਰ ਡੀਜੀ ਅਰੋੜ ਦੁਹਾਗਾ ਰੋੜਕਾ ਟਾਕਾ ਸ਼ਦਾਦ ਸ਼ਦੀਦ ਬਾਲਾ ਮਹਿਰ ਜਿਹਦੇ ਨਾਲ ਤਬਲੋਚਤਾਨ ਜਮੇਰਗੜ ਹੈ ਤੇ ਸੁਹਾਗਾ ਅਗੋ ਜਲੂਦ ਦਾ ਪੁੱਤਰ ਹੋਇਆ ਬਾ ਤੇ ਬਾ ਦਾ ਪੁੱਤਰ ਹੋਇਆ ਵਿਸ਼ਨੂ ਵੇਸ ਤੇ ਵਿਸ਼ਨੂ ਵੇਸ ਦਾ ਪੁੱਤਰ ਹੋਇਆ حضرت ਹੂਦ ਲੈ ਸਲਾਮ ਜਿਹੜੇ ਰਸੂਲ ਵੀ ਸਨ ਔਰ ਇਹਨਾਂ ਨੂੰ ਹਿੰਦੀ ਵਿੱਚ ਗੋਰਖ ਆਖਿਆ ਗਿਆ ਤੇ ਅਗੋ حضرت ਹੂਦ ਲੈ ਸਲਾਮ ਹੋਰਾਂ ਦੇ ਪੁੱਤਰ ਹੋਏ ਅਰੜ ਜਿਹਦੇ ਦਾ ਨਾਮ ਤੋ ਹਰੀਰ ਦਾ ਕਿਲਾ ਦਾਦੂ ਦੇ ਵਿੱਚ 450 ਫੁੱਟ ਉੱਚਾ ਤੇ ਦੂਜਾ ਪੁੱਤਰ ਸੀ ਗੱਬਰ ਤੇ ਅਗਲਾ ਬੱਬਰ ਤੇ ਅਗਲਾ ਤੰਦੂਰ ਤੇ ਬਰਬਰਾ ਤੇ ਹੇਮ ਤੇ ਬੇਮ ਅਗੋਂ ਬਰਬਰਾ ਦੇ ਪੁੱਤਰ ਹੋਏ ਜੀ ਅਬਰੂ ਅਬਰ ਤੇ ਅਬਰੀਨ ਅਗੋਂ ਫਿਰ ਅਬਰੂ ਦਾ ਪੁੱਤਰ ਹੋਇਆ ਜੀ ਕੈਤਾਨ ਜਿਹਦਾ ਮੈਨਾਂ ਮਹਾਰਾਜਾ ਵੀ ਹੁੰਦਾ ਤੇ ਉਸ ਦੇ ਪੁੱਤਰ ਹੋਏ ਯਕਤਾਨ ਤੇ ਫਲਜ ਤੇ ਸਲਜ ਤੇ ਯਰਬ ਯਾਰਬ ਜਿਹੜਾ ਇਹਦੀ نسل ਜਿਹੜੀ ਹੈ ਯਮਨ ਚ ਚਲੀ ਗਈ ਔਰ ਇਹਨਾਂ ਉੱਥੇ ਜਾ ਕੇ ਸਬਾ ਦਾ ਮੁਲਕ ਬਸਾਇਆ ਜਿਨ੍ਹਾਂ ਦੇ ਵਿੱਚੋਂ ਮਲਕਾ ਬਲਕੀਸ ਜਿਹੜੀ ਸਬਾ ਦੀ ਰਾਣੀ ਹੋਈ ਅੱਗੋ ਇਕਤਾਨ ਦੇ ਪੁੱਤਰ ਹੋਏ ਸ਼ਾ ਸ਼ਾਰੁਖ ਜਿਨ੍ਹਾਂ ਦਾ ਦੁਜਿਆ ਨਾਂ ਮੰਬਾ ਵੀ ਸੀ ਅੱਗੋ ਉਹਨਾਂ ਦੇ ਬੇਟੇ ਹੋਏ ਨਾਹੂਰ حضرت ਈਯੂਬ علیہ ਸਲਮ ਜਿਹੜੇ ਮੁਲਤਾਨ ਦੇ ਬਾਦਸ਼ਾਹ ਵੀ ਸਨ ਤੇ ਰਸੂਲ ਵੀ ਸਨ ਅੱਗੋ حضرت ਨਾਹੂਰ ਜਿਹੜੇ ਸਨ ਯੰਨੀ حضرت ਈਯੂਬ علیہ ਸਲਮ ਅਵਲ ਉਹਨਾਂ ਦੇ ਬੇਟੇ ਹੋਏ ਸ਼ੱਬਰ ਬਸ਼ਰ ਅਬਸ਼ੀਰ ਸ਼ਬੀਰ ਖਾਰਾਨ ਜਿਹੜੇ ਅਮਾ ਸਾਇਰਾ ਦੇ ਬਾਪ ਸਨ ਤਾਰਿਕ حضرت ابراہیم علیہ السلام ਉਹਨਾਂ ਦੇ ਵਾਲ ਤੇ ਆਜ਼ਰ ਅਗੋਂ ਤਾਰਿਕ ਦੇ ਪੁੱਤਰ ਹੋਏ ਜੀ حضرت ابراہیم علیہ السلام ਤੇ ਫਾਉਰ ਜਿਹੜੇ ਹਕੀਮ ਲੁਕਮਾਨ ਦੇ ਵਾਲ ਸਨ ਤੇ ਨਾਹੂਰ ਇਹ ਲਬਾਨ ਤੇ ਨੀਤੂ ਈਲ ਦੇ ਵਾਲ ਸਨ ਬਾਪਸਨ ਤੇ ਹਾਰਾਨ ਇਹ حضرت ਲੂਤ علیہ السلام ਦੇ ਬਾਪ ਸਨ ਤੇ ਅਗੋਂ حضرت ابراہیم علیہ السلام ਦੀਆਂ ਚਾਰ ਬੀਵੀਆਂ ਵਿੱਚੋਂ 13 ਪੁੱਤਰ ਤੇ ਦੋ ਧੀਆਂ ਹੋਈਆਂ ਵੱਡੀ ਬੀਵੀ ਅਮਮਾ ਸਾਇਰਾ ਵਿੱਚੋਂ حضرت ਸਾਾਕ ਲੈਸਲਾਮ ਹੋਏ ਦੂਜੀ ਸਵਾਲੀ ਵਿੱਚੋਂ ਅਮਮਾ ਹਾਜਰਾ ਵਿੱਚੋਂ حضرت ਇਸਮਾਈਲ ਲੈਸਲਾਮ ਹੋਏ ਇਸਾ ਅਗਦਾ ਦੂਜਾ ਨਾਂ ਅੰਗਰਸੀ ਭਗਵਾਨ ਸੀ ਤੇ ਇਸਮਾਈਲ ਲੈਸਲਾਮ ਦਾ ਦੂਜਾ ਨਾਂ ਅਥਰੂ ਭਗਵਾਨ ਹਿੰਦੀ ਦੇ ਵਿੱਚ ਦੱਸਿਆ ਗਿਆ ਤੀਜੀ ਸਵਾਲੀ ਜਿਹੜੀ ਅਮਮਾ ਕਤੂਰਾ ਵਿੱਚੋਂ 6 ਪੁੱਤਰ ਤੇ ਇੱਕ ਧੀ ਲਾਲੀਬਾਈ ਹੋਈ ਤੇ ਚੌਥੀ ਬੀਵੀ ਅਮਮਾ ਹਾਜੀਆਂ ਵਿੱਚੋਂ 5 ਪੁੱਤਰ ਤੇ ਇੱਕ ਧੀ ਲਬੂਦਾ ਬਾਈ ਹੋਈ ਅੱਗੋ ਹਜ਼ਰਤੀ ਇਸਮਾਈਲ ਅਲੈਹਿਸਲਾਮ ਦੀਆਂ ਤਿੰਨ ਸੁਹਾਨੀਆਂ ਵਿੱਚੋਂ ਆਲਾਦ ਇੱਕੋ ਬੀਬੀ ਮਜ਼ਾਕ ਜਿਹੜੀ ਉਹਨਾਂ ਦੀ ਬੀਵੀ ਸੀ ਉਹਦੇ ਵੱਲ 12 ਪੁੱਤਰ ਹੋਏ ਤੇ ਇੱਕ ਧੀ ਜਿਹਦਾ ਨਾਮ ਬਿਸਮਾ ਸੀ ਔਰ ਉਹ ਹਜ਼ਰਤੀ ਇਸਹਾਕ ਅਲੈਹਿਸਲਾਮ ਹੋਰਾਂ ਦੇ ਪੁੱਤਰ ਈਸੂ ਨਾਲ ਵਿਆਹ ਗਏ ਹੋਏ ਸੀ ਜਿਹਦੀ ਕੋ ਖੋਰਮ ਪੈਦਾ ਹੋਇਆ ਸੀ ਜੋ ਸਲਾਤੀ ਨੇ ਰੂਮ ਦੇ ਸਾਰੇ ਜਿਹੜੇ ਬਾਦਸ਼ਾਹ ਸਨ ਉਹਨਾਂ ਦਾ ਵਟਕਾ ਸੀ ਹਜ਼ਰਤ ਇਸਮਾਈਲ ਦੇ ਮਸ਼ਹੂਰ ਪੁੱਤਰ ਇਹ ਸਨ ਨਿਆਬੂਤ ਜਿਹਦਾ ਦੂਜਾ ਨਾਮ ਕਰਨਵੀ ਸੀ ਦੇ ਦੂਜਾ ਪੁੱਤਰ ਸੀ ਮਿਸ਼ਾ ਜਿੰਨਾ ਮਕਾਬਸਾਇਆ ਤੇ ਅਗਲਾ ਪੁੱਤਰ ਕੀਦਾਰ ਸੀ ਜਿੰਨਾ ਨਬੀ ਪਾਕ ਸੱਲੱਲਾਹੁ ਅਲੈਹ ਵਾਲਿ ਸਲਮ ਹੋਰਾਂ ਦੀ ਜਦੇਮ ਜਸਰ ਅਗਲਾ ਪੁੱਤਰ ਸਣ ਉਮੇਲ ਤੇ ਪਮੇਲ ਇਹਨਾਂ ਦੀ ਨਸਲ ਜਿਹੜੀ ਹੈ ਸਾਹਾਬੇ ਰਸ ਸਦਾਈ ਅਗੋਂ ਨਿਆਬੂਦ ਦਾ ਪੁੱਤਰ ਹੋਇਆ ਉਤਰੀ ਅਰਚੀਬੀਆ ਦਾ ਨਾਂ ਸੀ ਇਹ ਜਿਹੜੀ ਨਸਲ ਹੈ ਇਹ ਅਰਬਾਂ ਤੋਂ ਵਾਪਸ ਹੈ ਜਿਹੜਾ ਸਿੰਧ ਵਿਲਾਇਤ ਜਟ ਦੇਸ਼ ਦੇ ਵਿੱਚ ਔਰ ਵਸੇ ਸੀ ਕੀ ਦੀ ਨਸਲੋਂ ਇੱਥੇ ਸਾਰੇ ਅਗੋ ਜੱਟ ਕਬੀਲੇ ਟਰੇ ਅਗੋ ਉਤਰੀ ਦੇ ਤਿੰਨ ਪੁੱਤਰ ਹੋਏ ਵਰੂਨ ਨਰੀਤ ਚੰਦਰਮਾਨ ਵਰੂਨ ਜਿਹੜਾ ਸੀ ਉਹਦੀ ਨਸਲੋਂ ਜਮਗਦਨੀ ਤੇ ਪਰਸਰਾਮ ਹੋਇਆ ਜਿਹੜਾ ਹਿੰਦੂਆਂ ਦਾ ਛੇਵਾਂ ਅਵਤਾਰ ਸੀ ਤੇ ਜਿਹੜਾ ਨਰੀ ਸੀ ਨਰੀ ਦੀ ਨਸਲੋਂ ਸੂਰਜ ਹੋਇਆ ਜਿੱਥੋਂ ਸੂਰਜ ਵੰਸੀ ਜੱਟਾਂ ਦਾ ਮੋਢ ਬੱਜਿਆ ਤੇ ਚੰਦਰਮਾਨ ਦੀ ਨਸਲੋਂ ਜਿਹੜਾ ਉਹ ਜੱਟਾਂ ਦੇ ਚੰਦਰਬੰਸੀ ਕਬੀਲਾ ਜਿਹੜਾ ਉਹਦਾ ਮੋਢ ਬੱਜਿਆ ਅਗੋ ਨਰੀ ਦੇ ਪੁੱਤਰ ਹੋਏ ਜੀ ਸੂਰਜ ਸੂਰਜਵੰਸੀ سلسلے ਦਾ ਜਿਹੜਾ ਮੋਢੀ ਸੀ ਅਗੋ ਉਹਦਾ ਪੁੱਤਰ ਹੋਇਆ ਕਸ਼ੇਪ ਤੇ ਕਸ਼ੇਪ ਦਾ ਪੁੱਤਰ ਹੋਇਆ ਕਿਰਨ ਤੇ ਕਿਰਨ ਦਾ ਪੁੱਤਰ ਫੇਰ ਕਸ਼ੇਪ ਤੇ ਕਸ਼ੇਪ ਦਾ ਪੁੱਤਰ ਹੋਇਆ ਜੀ ਦਿਉਲ ਦਿਉਲ ਦੇ ਦੋ ਪੁੱਤਰ ਹੋਏ ਨੇ ਮੰਨੂ ਤੇ ਵੱਛਾ ਮੰਨੂ ਦੀ ਨਸਲੋਂ ਰਾਮਚੰਦਰ ਜੀ ਮਹਾਰਾਜ ਜਿਹੜੇ ਹੋਏ ਨੇ ਉਹ ਸਣ ਤੇ ਵੱਛਾ ਜਿਹੜਾ ਇਹ ਪਹਿਲਾ ਸੂਰਜਵੰਸੀ ਜੱਟ ਮਹਾਰਾਜਾ ਸੀ ਅੱਗੋ ਵੱਛਾ ਦਾ ਪੁੱਤਰ ਹੋਇਆ ਕਛਵਾ ਤੇ ਕਛਵਾ ਦਾ ਪੁੱਤਰ ਹੋਇਆ ਬੁੱਧ ਤੇ ਬੁੱਧ ਦਾ ਪੁੱਤਰ ਹੋਇਆ ਸ਼ਿਸ਼ਪਾਲ ਤੇ ਅੱਗੋ ਹਮ ਸ਼ਿਸ਼ਪਾਲ ਦਾ ਹਮਸਾ ਚਾਲਕ ਤੇ ਅੱਗੋ ਦਾ ਆਦੂ ਚਾਲਕ ਤੇ ਅੱਗੋ ਦਾ ਪੁੱਤਰ ਨਿਰਮਲ ਚਾਲਕ ਤੇ ਅੱਗੋ ਉਹਦਾ ਪੁੱਤਰ ਨਿਰਾਸ਼ਨਸ ਚਾਲਕ ਤੇ ਅੱਗੋ ਉਹਦਾ ਪੁੱਤਰ ਮਹਿੰਦਰ ਚਾਲਕ ਅੱਗੋ ਉਹਦਾ ਪੁੱਤਰ ਮਾਸ ਚਾਲਕ ਤੇ ਮਾਸ ਦਾ ਮਾਸ ਚਾਲਕ ਦਾ ਮਾਲਕੂ ਚਾਲਕ ਤੇ ਅੱਗੋ ਉਸ ਦਾ ਪੁੱਤਰ ਸੂਰਜ ਚਾਲਕ ਸੂਰਜ ਚਾਲਕ ਦਾ ਪੁੱਤਰ ਲੀਲਾ ਚਾਲਕ ਤੇ ਲੀਲਾ ਚਾਲਕ ਦਾ ਅਮਰਤ ਚਾਲਕ ਤੇ ਅਮਰਤ ਚਾਲਕ ਦਾ ਗਿਆਨ ਚਾਲਕ ਗਿਆਨ ਚਾਲਕ ਦਾ ਪੁੱਤਰ ਅਮਰਮਲ ਤੇ ਅਮਰਮਲ ਦਾ ਗੁਲਾਬ ਚਾਲਕ ਤੇ ਗੁਲਾਬ ਚਾਲਕ ਦਾ ਪੁੱਤਰ ਹਸ਼ਮਤ ਚਾਲਕ ਹਸ਼ਮਤ ਚਾਲਕ ਦਾ ਪੁੱਤਰ ਭੂਰਾ ਚਾਲਕ ਤੇ ਭੂਰਾ ਚਾਲਕ ਦਾ ਪੁੱਤਰ ਜ਼ਬਰਮਲ ਤੇ ਜ਼ਬਰਮਲ ਦਾ ਪੁੱਤਰ ਹਮਸਾ ਰਾਜ ਤੇ ਹਮਸਾ ਰਾਜ ਦਾ ਪੁੱਤਰ ਭੋਜ ਰਾਜ ਭੋਜ ਰਾਜ ਦਾ ਪੁੱਤਰ ਸੂਰਜ ਮੁਖੀ ਰਾਜ ਤੇ ਸੂਰਜ ਮੁਖੀ ਰਾਜ ਦਾ ਪੁੱਤਰ ਕਿਰਨ ਰਾਜ ਕੀਰਨ ਰਾਜ ਦਾ ਪੁੱਤਰ ਚੰਦਰ ਸਿੰਘ ਰਾਜ ਤੇ ਚੰਦਰ ਸਿੰਘ ਦਾ ਗਵਾ ਸਿੰਘ ਸਿੰਘ ਤੇ ਗਵਾ ਸਿੰਘ ਸਿੰਘ ਦਾ ਕਵਾ ਸਿੰਘ ਸਿੰਘ ਕਵਾ ਸਿੰਘ ਸਿੰਘ ਦਾ ਬਾਲਦਾ ਸਿੰਘ ਤੇ ਬਾਲਦਾ ਸਿੰਘ ਦਾ ਦੂਦ ਦੇਸ਼ੀ ਰਾਜ ਦੂਦ ਦੇਸ਼ੀ ਰਾਜ ਦਾ ਦੂਦ ਦੇਸ਼ੀ ਰਾਜ ਤੇ ਅੱਗੋਂ ਉਹਦਾ ਪੁੱਤਰ ਅਮਸਰ ਰਾਜ ਤੇ ਅੱਗੋਂ ਉਹਦਾ ਪੁੱਤਰ ਮੂਲ ਰਾਜ ਮੂਲ ਰਾਜ ਦਾ ਪੁੱਤਰ ਹੋਇਆ ਚਾਲਕ ਰਾਜ ਤੇ ਚਾਲਕ ਰਾਜ ਦਾ ਸੋਰਤ ਕਰਾਜ ਸਰ ਕਪਰਾਜ ਤੇ ਅਗੋ ਉਹਦਾ ਪੁੱਤਰ ਹੋਇਆ ਸਰੋਇਆ ਰਾਜ ਤੇ ਸਰੋਏ ਦਾ ਪੁੱਤਰ ਹੋਇਆ ਮਲਰਾਜ ਮੱਲੀ ਤੇ ਮੱਲੀ ਦਾ ਪੁੱਤਰ ਨਾਇਚ ਤੇ ਨਾਇਚ ਦਾ ਪੁੱਤਰ ਤੂਰ ਤੇ ਤੋਮਰਾ ਅਗੋ ਤੂਰ ਦੇ ਘਰ ਜੰਮਿਆ ਰਾਜਾ ਹੋਮ ਜਿਹਨੂੰ ਹੋਮਰ ਵੀ ਆਖਦੇ ਨੇ ਮੋਢ ਰਾਜਾ ਹੋਮ ਪਾਲਵਲ ਪੁੱਤਰ ਹੋਏ ਰਾਜਾ ਧਰਮਪਾਲ ਹਦੋਕਪਾਲ ਜਿਹੜੇ حضرت ਅਦਰੀਸ ਲੈ ਇਸਲਾਮ ਅਖਨੂਚ ਕੋ ਬੈਗੋਬਿੰਦ ਸੀਨਪਾਲ ਕਰਨ ਸੀਨਪਾਲ ਦੋਂਦਾ ਪਾਲ ਤੇ ਮਹਾਰਾਜਾ ਬਿਕਰਮਾ ਪਾਲ ਜਿਹੜੇ ਬਾਬਾ ਜੀ ਬਿਕਰਮਾ ਜੀਦ ਹੋਏ ਨੇ ਜਿੰਨਾ ਤੋਂ ਸਾਡਾ ਜੱਟਾਂ ਦਾ ਬਿਕਰਮੀ ਕੈਲੰਡਰ ਚੱਲਿਆ ਬਿਕਰਮਾ ਜੀਦ ਦਾ ਮਤਲਬ ਹੁੰਦਾ ਹੈ ਸੂਰਜ ਅਗੋਂ ਬਿਕਰਮਾ ਜੀਦ ਦੇ ਪੁੱਤਰ ਹੋਏ ਜੀ ਸਲਾਬਤਾ ਪਾਲ ਗੋਰਖਾ ਪਾਲ ਸ਼ਧਰਾ ਪਾਲ ਦੇ ਅੰਦਰ ਪਾਲ ਤੇ ਰਾਏ ਜਗਦੇਵ ਪਾਲ ਇਹਨਾਂ ਵਿੱਚੋਂ ਰਾਏ ਜਗਦੇਵ ਪਾਲ ਦਾ ਪੁੱਤਰ ਉਹ ਫਿਰ ਜੋਧਾ ਪਾਲ ਹੋਇਆ ਤੇ ਜੋਧਾ ਪਾਲ ਦਾ ਰਾਏ ਜੋਧਨਪਾਲ ਜਿਹਦੇ ਨਾਂ ਤੇ ਖਿਉੜਾ ਦੇ ਇਲਾਕੇ ਵਿੱਚ 18 ਮੀਲਾਂ ਵਿੱਚ ਪਸਰਿਆ ਹੋਇਆ ਕਿਲਾ ਜੋਧਨ ਮੌਜੂਦ ਹੈ ਅੱਗੋਂ ਰਾਏ ਜੋਧਨਪਾਲ ਦਾ ਪੁੱਤਰ ਹੋਇਆ ਜਿਗਰਦੇਵ ਪਾਲ ਜਿਹੜੀ ਇਹਨੂੰ ਜਗਦੇਵ ਪਾਲ ਵਿਆਹ ਦੇ ਸਰ ਅਗੋ ਦਾ ਪੁੱਤਰ ਹੋਇਆ ਜੀ ਕਾਲੋਂ ਕਾਲੋਂ ਪਾਲ ਤੇ ਕਾਲੋਂ ਜਿਹੜਾ ਨਾ ਪਾਲ ਦੇ ਪੁੱਤਰ ਹੋਏ ਨੇ ਕਾਲੂ ਕੱਲੂ ਕਾਲਰਾ ਕੱਲਾ ਕੁਰਾਰ ਕਾਨੂਰੀ ਕੰਨਾ ਦਿਉ ਕੰਡਾ ਕਲੇਰ ਕਾਲ ਦੇਵ ਕਲ ਕੁਲੂ ਕਦਾਨ ਤੇ ਕਦਰ ਅਗੋ ਕਾਲੋਂ ਦੇ ਪੁੱਤਰ ਕਲੇਰ ਦੇ ਘਰ ਪੁੱਤਰ ਹੋਏ ਜੀ ਕਲੇਰੀ ਇਹ ਕਲੇ ਕਲੇਰ ਪਰ ਕਲਪਰ ਕਿਲਵਾਲ ਤਰਕਲੀ ਕਲੇਰ ਕਲੀ ਕਰਕਲੀ ਕਲੇਰ ਬੇਲਾ ਇਹ ਸਾਰੇ ਜਿਹੜੇ ਮੱਲਵੇ ਸਿੰਧ ਵਿਲਾਇਤ ਜੱਟ ਦੇਸ਼ ਦੇ ਵਿੱਚ ਇੱਕ ਕਬੀਲਾ ਵਸਿਆ ਹੋਇਆ ਤੇ ਜੱਟਾਂ ਦਾ ਇਹ ਕਬੀਲਾ Hindu Musalman ਤੇ Sikh Isaiyan ਸਾਰਿਆਂ ਧਰਮਾਂ ਦੇ ਵਿੱਚ ਹੈ ਔਰ ਇਹ ਲਹਿੰਦੇ ਦੇਸ਼ਾਂ ਦੇ ਅੰਦਰ ਵੀ ਕਲੇਰ ਜੱਟ ਜਿਹੜੇ ਨੇ ਇਹ ਉਥੇ ਗੋਰੇ ਗੋਰੇ ਨਸਲਾਂ ਜਿਹੜੇ ਗੋਰੇ ਨੇ ਉਹ ਵੀ ਕਲੇਰ ਜੱਟ ਹੈ ਨੇ ਮਹਾਵੀਰ ਸਿੰਘ ਖਲੇਰੀ ਹੋਰਾਂ ਦੱਸਿਆ ਇਹ ਵੀ ਇਸੇ ਹੀ ਕਬੀਲੇ ਦਾ ਜਿਹਨੂੰ ਰਾਜਸਥਾਨ ਦੇ ਵਿੱਚ ਖਲੇਰੀ ਆਖਦੇ ਨੇ ਭਈ ਕਲੇਰ ਦੇ ਪੁੱਤਰ ਕਲੇਰੀ ਦੀ ਨਸਲੋਂ ਰਾਜਸਥਾਨ ਮਧਿਆ ਪ੍ਰਦੇਸ਼ ਤੇ ਹਰਿਆਣਾ ਵਿੱਚ ਢੇਰ ਗਿਣਤੀ ਵਿੱਚ ਵੱਸਦੇ ਨੇ ਜ਼ਿਲ੍ਹਾ ਚੁਰੂ ਜ਼ਿਲ੍ਹਾ ਛਰੀ ਗਾਰੀ ਹਰਦੇਸਰ ਜਿਗਲਿਆ ਪਰੀਹਾਰਾ ਸ਼ੀਨ ਠੀਨਾ ਸੁਭਾਨਗੜ ਤੇ ਨਾ ਨਾ ਐ ਨਾ ਨੂਰ ਜ਼ਿਲ੍ਹਾ ਵਿੱਚ ਬਾਰਵਾਲਾ ਮਕਰਾਨਾ ਦੇਗਲ ਐ ਗੋਗੀਲਾਓ ਐ ਹੀਰਾਬੱਤੀ ਐ ਜੂਰ ਦਾ ਕਾਲਵਾ ਕੁਟਿਆ ਸਾਨੀ ਕਲਾ ਕੁਟਿਆ ਸਾਨੀ ਖੁਰਦ ਮਮਦੋਲੀ ਨੋਸਾਰੀਆ ਨੰਬੀ ਗੋਦਾਨ ਐ ਰਿਆਦਾ ਰਿਆਦਾ ਨਵ ਰਾਮਸਿਰੀ ਐ ਸੁਖਵਾਸੀ ਸੁਨਾਰੀ ਤੇ ਬੀਕਾ ਨੇਰ ਵਿੱਚ ਰਾਮਨਗਰ ਤੇ ਸਤਾਸਰ ਤੇ ਇਸਰੇ ਸਾਰਿਆਂ ਹੋਰ ਇਲਾਕਿਆਂ ਦੇ ਵਿੱਚ ਵੀ ਇਹ ਕਲੇਰ ਜੱਟ ਜਿਹੜੇ ਨੇ ਵਸਦੇ ਨੇ ਤੋਂ ਪਿਆਰਿਓ ਇਹ ਆ ਬਾਲ ਸੀ ਕਲੇਰ ਜੱਟ ਕਬੀਲੇ ਦਾ ਇਹਦੇ ਨਾਲ ਹੀ ਸ਼ਾਨ ਬਾਜਵਾ ਨੂੰ ਬਾਬਾ ਬਾਜਵਾ ਚੈਨਲ ਤੋਂ ਇਜਾਜ਼ਤ ਦਿਓ ਜੀਉਂਦੇ ਵਸੇ ਰਹੋ ਤੁਹਾਡੇ ਨਾਲ ਮਿਲਾਂਗੇ ਫੇਰ ਕਿਸੇ ਅਗਲੀ ਵੀਡੀਓ ਵਿੱਚ